दरबार की शोभा के विच आके जिन्नी भी संगत
ਮਹਾਮਾਈ ਦੇ ਚਰਨਾਂ ਵਿੱਚ ਆ ਕੇ ਬੈਠੀ ਹੈ। ਇੱਕ ਵਾਰੀ ਪਿਆਰ ਨਾਲ ਕਹੋ ਜੈ ਮਾਤਾ ਦੀ। ਅਸ਼ਟ ਪੂਜੀ ਦੀ ਆਵੇ ਅਸ਼ਟਮੀ ਤੇ ਪੂਜੇ ਖਲਗਤ ਸਾਰੀ, ਕੰਨਿਆ ਰੂਪ ਚ ਨਿਰਮਲ ਪੂਜੇ ਮੈਨੂੰ ਦੇ ਦਰਸ਼ਨ ਇੱਕ ਵਾਰੀ। ਕੰਜਕਾਂ ਦਾ ਪੂਜਨ ਕਰਕੇ ਮਾਂ ਭਗਵਤ ਦੇ ਪਾਵਨ ਦਰਬਾਰ ਦੇ ਵਿੱਚ ਆ ਕੇ ਜਿੰਨੀ ਵੀ ਸੰਗਤ ਅੰਦਰ ਔਰ ਬਾਹਰ ਹਾਜ਼ਰੀ ਹਜ਼ੂਰੀ ਚ ਭਗਵਤੀ ਦੀ ਸੱਚੀ ਸੁੱਚੀ ਚੀਜ਼ੋ ਦੇ ਅੱਗੇ ਆ ਕੇ ਉਪਸਥਿਤ ਹੈ। ਮਹਾਮਾਈ ਦੇ ਦਰਬਾਰ ਦੇ ਵਿੱਚ ਮਾਤਾ ਦੀ ਜੋਤ ਦੇ ਪ੍ਰਵਾਨੇ ਬਣ ਕੇ ਭਗਵਤੀ ਕੋਲੋਂ ਛੋਲੀਆਂ ਭਰਨ ਵਾਸਤੇ ਮਹਾਮਾਈ ਦੇ ਚਰਨਾਂ ਚ ਅੰਦਰ ਔਰ ਬਾਹਰ ਜਿਹੜੀਆਂ ਮਾਤਾ ਬਹਿਣਾਂ ਜੀ ਬਜ਼ੁਰਗ ਜਿੰਨੇ ਵੀ ਆਏ ਹਨ, ਆਓ ਸਭ ਤੋਂ ਪਹਿਲਾਂ ਮਿਲਦੇ ਭਰੀ ਫੇਰ ਮਾਂ ਭਗਵਤ ਦੇ ਪਾਵਨ ਜੈਕਾਰੇ ਦਾ ਜੈ ਗੋਜ ਬੜੇ ਪਿਆਰ ਨਾਲ ਭਗਵਤ ਦੇ ਚਰਨਾਂ ਚ ਲਗਾਈਏ। ਔਰ ਅੱਜ ਚੇਤਰ ਸੁਦੀ ਸ਼ੁਭ ਅਸ਼ਟਮੀ ਸ਼ੁਭ ਦਿਨ ਸ਼ਨੀਵਾਰ ਔਰ ਪੰਦਰਵਣੇ ਦੀ ਵੀ ਹਾਜ਼ਰੀ ਮਾਂ ਦੇ ਨੇਮ ਦੀ ਹਾਜ਼ਰੀ ਮਹਾਰਾਣੀ ਦੇ ਚਰਨਾਂ ਚ ਮਿਲ ਕੇ ਪੜੋ, ਮਿਲ ਕੇ ਸਾਰੀ ਸੰਗਤ ਦੇ ਮਾਂ ਦਾ ਜਿਕਰ ਕਰੋ।
Thank you.
माता दे पौन के बैठे हैं, मां दी हाजरी लगा रहे हैं। अष्टमी का पावन शुभ दिवस है, शनिवार है, पंद्रवाड़ा भी है, नेम भी है। कहो प्रेम से जय माता दी। और जिन्नी भी संगत बड़े प्यार दे नाल भगवंत दी हाजरी जुड़ आई है, बिल्कुल प्यार दे नाल चुप करके नहीं बैठना। जिन्नी जिन्नी उस तो भगवंत दे चरणा च मां दा गुणगान किया जा रहा है, श्री गणेश जी के चरणा च आओ। सब तो पहला मिलकर प्रार्थना गाइए, गणपति महाराज सब दे विघ्न दा नाश करन, रिद्धि सिद्धि प्रदान करन, सब नु सद्बुद्धि बख्शन और सब दे संकट नाश करके सब नु निहाल करन। कहो प्रेम से जय माता दी। ज्योति बोलो जय माता दी। मां दी अष्टमी का मिलके बोलो जय माता दी। आओ श्री नेकी महाराज नु प्रसन्न करके फिर भगवत दी माता दे दरबार बैठ के मां दे सोने श्रृंगार दे के प्रेम नाल बैठ के मां दी उत्तर जाने आ। श्री गणेश दे चरणा च प्यारी प्रार्थना मिलके सारी संगत ने कहन। Thank you.
Oh,
ਗੱਲ ਇਹ ਹੈ ਕਿ ਸੌਣਾ ਨਹੀਂ, ਇਹ ਜਾਗਰਣ ਦੀ ਰਾਤ ਹੈ। ਤੁਸੀਂ ਸੌ ਜਾਓਗੇ ਤੇ ਸਾਨੂੰ ਵੀ ਨੀਂਦਰ ਆ ਜਾਏਗੀ ਤੇ ਫਿਰ ਆਨੰਦ ਨਹੀਂ ਜੀ ਆਣ। ਕਹੋ ਪ੍ਰਿੰਸ ਜੈ ਮਾਤਾ, ਬੜੀ ਆਵਾਜ਼ ਨਹੀਂ ਨਿਕਲਦੀ, ਜੈ ਮਾਤਾ ਦੀ ਨਹੀਂ ਨਿਕਲਦੀ। ਪ੍ਰਿੰਸ ਬੋਲੋ ਜੈ ਮਾਤਾ ਦੀ, ਜੈ ਮਾਤਾ ਦੀ ਨਹੀਂ ਨਿਕਲਦੀ। ਫਿਰ ਸੇ ਬੋਲੋ ਜੈ ਮਾਤਾ ਦੀ, ਜੈ ਮਾਤਾ ਦੀ। ਜੋਤੀ ਬੋਲੋ ਜੈ ਮਾਤਾ ਦੀ, ਜੈ ਮਾਤਾ ਦੀ। ਦਲੇਰੀ ਨਾਲ ਬੈਠੋ, ਬੜਾ ਊਰਜਾਵਾਨ ਹੋ ਕੇ ਬੈਠੋ, ਸ਼ਕਤੀ ਲੈ ਕੇ ਬੈਠੋ। ਸਰਵ ਸ਼ਕਤੀ ਬੈਠੀ ਹੈ ਸਾਡੇ ਸਾਹਮਣੇ। ਦੁਰਗਾ ਅਸ਼ਟਮੀ ਦਾ ਪਾਵਨ ਦਿਨ ਹੈ, ਫਿਰ ਨਰਾਤੇ ਖਤਮ ਹੋ ਜਾਣੇ, ਕੱਲ ਰਾਮ ਨੌਮੀ ਆ ਰਹੀ ਹੈ, ਫਿਰ ਅਗਲੀ ਵਾਰੀ ਦੇਖਾਂਗੇ ਕੀ ਭਾਵ ਹੈ ਕੀ ਨਹੀਂ। ਕਹੋ ਪ੍ਰੇਮ ਤੇ ਜੈ ਮਾਤਾ, ਪ੍ਰੇਮ ਸੇ ਬੋਲੋ ਜੈ ਮਾਤਾ। ਭੌਂ ਤੇ ਪਹੁੰਚ ਕੇ ਸਾਰਿਆਂ ਨੂੰ ਰੁਕਾਵਟ ਹੋ ਜਾਂਦੀ ਹੈ। ਐਤਵਾਰ ਦੀ ਚੱਲਦੀ ਪਈ ਹੈ ਯਾਤਰਾ ਸਾਡੀ, ਅੱਜ ਭਗਵਤ ਦੇ ਦਰਬਾਰ ਚ ਬੈਠੇ ਹਾਂ, ਮਾਂ ਦੀ ਅਸ਼ਟਮੀ ਦੀ ਹਾਜ਼ਰੀ ਭਰ ਰਹੀ, ਕੱਲ ਰਾਮ ਨੌਮੀ ਦਾ ਪਾਵਨ ਦਿਵਸ ਆ ਰਿਹਾ। ਬੜੇ ਪਵਿੱਤਰ ਦਿਨ ਨੇ, ਬੜੇ ਭਾਗਾਂ ਵਾਲੇ ਹਾਂ ਇਹੋ ਜਿਹੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਦਾ ਸਮੇਂ ਦੀ ਗਰਦਿਸ਼ ਚੱਲ ਰਹੀ ਹੈ, ਮਾਤਾ ਨੇ ਆਪਣੇ ਲੜ ਲਾ ਕੇ ਰੱਖਿਆ ਹੋਇਆ। ਕਹੋ ਪ੍ਰੇਮ ਸੇ ਜੈ ਮਾਤਾ। ਇੱਧਰ ਉੱਧਰ ਵਿਧੀਆਂ ਨਹੀਂ ਜਾਂਦੀਆਂ, ਬੜੇ ਸੰਸਕਾਰ ਮਾਂ ਨੇ ਚੰਗੇ ਪਾਏ ਨੇ, ਕਦੇ ਚਰਨਾ ਚੱਲ ਕੇ ਬਹਿ ਜਾਂਦੀ। ਪ੍ਰੇਮ ਸੇ ਬੋਲੋ ਜੈ ਮਾਤਾ। ਬਾਹਰ ਵੀ ਦੇਖੋ ਦਰਬਾਰ ਕਿੰਨਾ ਲੱਗਾ ਹੈ, ਸੰਗਤਾਂ ਲੈਣਾ ਛੋ ਕੇ ਦਰਸ਼ਨ ਕਰਦੀਆਂ ਪਈਆਂ। ਤੁਸੀਂ ਅਗਰ ਢਿੱਲੇ ਢਿੱਲੇ ਬੋਲੋਗੇ ਪਤਾ ਲੱਗੇਗਾ, ਪਤਾ ਨਹੀਂ ਬੈਠੇ ਵੀ ਹੈ ਕਿ ਨਹੀਂ ਬੈਠੇ, ਤੇ ਉਹਨਾਂ ਨੂੰ ਵਾਰ ਵਾਰ ਜਾਣੀ ਚਾਹੀਦੀ। ਮਿਲ ਕੇ ਜਕਾਰਾ ਲਾਉਣਾ ਬੜੇ ਪਿਆਰ ਜ਼ੋਰ ਦੇ ਨਾਲ, ਕਿਸੇ ਨੇ ਚੁੱਪ ਕਰਕੇ ਨਹੀਂ ਬਹਿਣਾ।
Thank you.
ਸਾਡੀ ਵੈਸ਼ਨੋ ਮਾਈ ਦਾ ਸਾਰਿਆਂ ਨੂੰ ਸਭ ਕੁਛ ਮਿਲਦਾ ਹੈ। ਮਾਤਾ ਦੇ ਚਰਨਾਂ ਵਿੱਚ ਆ ਕੇ ਮਾਨ ਦੀਆਂ ਚੌਂਕੀਆਂ ਭਰਨ ਵਾਲੀਆਂ ਦੇ ਬੇੜੇ ਭਗਤ ਦੀ ਪਾਰ ਕਰਦੀ ਹੈ। ਕਹੋ ਪ੍ਰੇਮ ਦੇ ਨਾਲ ਜੈ ਮਾਤਾ ਦੀ, ਜੈ ਮਾਤਾ ਦੀ। ਦੋਸਤੋ ਵੱਲੋਂ ਜੈ ਮਾਤਾ ਦੀ, ਜੈ ਮਾਤਾ ਦੀ। ਆਵਾਜ਼ ਨਹੀਂ ਆਉਂਦੀ, ਜੈ ਮਾਤਾ ਦੀ। ਇੱਕ ਬੰਦਾ ਮੈਂ ਹੋਰ ਗਾਵਾਂਗਾ, ਫਿਰ ਸੁੰਦਰ ਜੀ ਮਾਤਾ ਦੇ ਦਰਬਾਰ ਦੀ ਰੌਣਕ ਨੂੰ ਵਧਾਉਣਗੇ, ਬੜੇ ਹੀ ਪਿਆਰੇ ਬੋਲ ਕਹਿਣਗੇ। ਆਓ ਇੱਕ ਰਚਨਾ ਹੋਰ, ਸਵਰਗੀ ਸ਼੍ਰੀ ਰਾਮ ਲਾਲ ਲਾਲ ਲਿਖੀ ਹੋਈ, ਹੇ ਮਾਤ ਮੇਰੀ, ਹੇ ਮਾਤ ਮੇਰੀ, ਤੇਰੇ ਗੁਣੋਂ ਕੋ ਹਮ ਗਾ ਰਹੇ ਹੈ, ਤੇਰੀ ਹੀ ਮਹਿਮਾ, ਤੇਰੀ ਹੀ ਸ਼ੋਭਾ, ਤੇਰੇ ਹੀ ਯਸ਼ ਕੋ ਫੈਲਾ ਰਹੇ। ਪਿਆਰੇ ਪਿਆਰੇ ਬੋਲ ਨਿੱਤ ਭਗਤ ਚਰਨ ਕਰ। Yeah.
ਆਪਣੇ ਬੰਦਾ ਲੱਗ ਰਿਹਾ ਨਾ ਕੀ ਬੋਲਦਾ ਪਿਆ ਹਾਂਜੀ ਲੱਗਿਆ ਨਾ ਤੇ ਸੁੱਤੇ ਰਹੋ ਮੈਂ ਬੋਲੀ ਜਾਵਾਂ ਕੁਛ ਸਮਝਦਾ ਹੈ ਬਾਚੂ ਕਹਿਣਾ ਮਹਾਰਾਜ ਹੋ ਗਿਆ ਭਜਨ ਮੈਂ ਹਾਂਜੀ ਹੋ ਗਿਆ ਮਹਾਰਾਜ ਤੁਸੀਂ ਕਿੱਥੇ ਗਏ ਸੀਗੇ ਤੇ ਕਿਤੇ ਪਰਾਉਣੇ ਦੇ ਆਏ ਸੀ ਉੱਥੇ ਪਹੁੰਚੇ ਸਨ ਹਾਂ ਸੁਣੋ ਪਿਆਰ ਜਨਾਨ ਸ਼ਰਵਣ ਸ਼ਕਤੀ ਨੂੰ ਤੇਜ ਕਰਕੇ ਇਹ ਸ਼ਰਵਣ ਜਿਹੜੇ ਹਨ ਇਹ ਸਮੁੰਦਰ ਦੇ ਰਸਤੇ ਅੰਦਰ ਜਿਹੜੀਆਂ ਸਮੁੰਦਰ ਦੀਆਂ ਲਹਿਰਾਂ ਜਾਂਦੀਆਂ ਨੇ ਨਾ ਇਹਨਾਂ ਨੇ ਬੜੇ ਰੋਗ ਰੋਗ ਤੁਹਾਡੇ ਦੂਰ ਕਰ ਦੇਣੇ ਨਾ ਕਹੋ ਜੈ ਮਾਤਾ ਜੀ ਹਾਂ ਚੰਗਾ ਸੁਣਨਾ ਹੈ ਇਹ ਚੰਗਾ ਸੁਣਨ ਵਾਲਾ ਹੈ ਬੁਰਾ ਮਤ ਦੇਖੋ ਬੁਰਾ ਮਤ ਕਹੋ ਬੁਰਾ ਮਤ ਸੁਣੋ ਚੱਕਰ ਨਹੀਂ ਹੈਗਾ ਇੱਥੇ ਮਾਂ ਦਾ ਗੁਣਗਾਨ ਚੱਲਦਾ ਪਿਆ ਕਹੋ ਪ੍ਰੇਮ ਸੇ ਜੈ ਮਾਤਾ ਜੀ ਜਾਗ ਕੇ ਬੋਲੋ ਜੈ ਮਾਤਾ ਜੀ ਇਹਨੇ ਘੇਰਾ ਪਾਉਣਾ ਹੀ ਪਾਉਣਾ ਹੈ ਨੀਂਦਰ ਨੇ ਆਉਣਾ ਹੀ ਆਉਣਾ ਹੈ ਥਕਾਵਟ ਹੋ ਗਈ ਹੈ ਕੋਈ ਗੱਲ ਨਾ ਪਰ ਇਹਨੂੰ ਥੋੜਾ ਪਰੇ ਕਰਦੇ ਜਾਣਾ ਅਜੇ ਫੜਾ ਟਾਈਮ ਪਿਆ ਅਜੇ ਕੋਈ ਗੱਲ ਨਹੀਂ
Thank you.
Yeah.
किताब चुन करके ना बैठो गाओ गाओ ऐसा बड़ा है इतने चुका नहीं बचा की नींद नहीं आएगा बार की संगत आ रही है कितनी जा रही है कोई नहीं बचा की कोई मुगलवाद की कोई लड़ा है कोई नहीं तो की गल है कि नहीं की बात है कोई नहीं जाता कोई तन दुखी कोई मन दुखी कोई धन बिन रहत उदास थोड़े थोड़े सभी दुखी सुखी हरि का दास थोड़ा थोड़ा कोने पर चिड़का कड़का लगे ही है तुम मिलके मनो महाराज के चरण में बैठ के गंगा के किनारे बैठ के ना नहीं तो बल्कि फायदा की तू भी मारो मान है नाम के विच अंदर के तल ते जाओ देखो नजारा कितना बढ़िया है अंदर समुद्र नजारा फाटा मारन देगा ਬਾਹਰ ਅਸੀਂ ਪਿਆਸੇ ਬੈਠੇ ਹਾਂ ਪਤਾ ਨਹੀਂ ਲੱਗਦਾ ਪਾਣੀ ਮੀਂਹ ਪਿਆ ਸੀ ਮੋਹੇ ਖਿਲਕਣ ਆ ਰਿਹਾ ਸੀ ਮੱਛੀ ਕਹਿੰਦੀ ਮੈਂ ਪਾਣੀ ਚ ਪਿਆ ਸੀ ਕੀ ਫਾਇਦਾ ਆ ਤੂੰ ਕਹਿਣਾ ਵੀ ਬਿਨਾਂ ਨਾਲ ਭਟਕ ਤੇ ਕੋਈ ਮਥੁਰਾ ਕੋਈ ਕਾਸ਼ੀ ਪਾਣੀ ਤੇ ਮੀਂਹ ਪਿਆ ਸੀ ਇਹ ਸਜਦੇ ਸਮੁੰਦਰ ਚ ਬੈਠੇ ਗੱਲ ਨਹੀਂ ਹੈ ਰਾਤ ਮਿਲ ਗਈ ਸਾਨੂੰ ਕੱਲ ਸ਼ਾਮੀ 7 ਵਜੇ ਭੋਗ ਪਾਦਾ ਆਪਣੇ ਭੰਡਾਰੇ ਦਾ ਪ੍ਰਚਾਰ ਮਿਲ ਲੱਗਾ ਉਹ ਜੈ ਮਾਤਾ ਇਹੋ ਹੀ ਰਾਤ ਕਾਲੀ ਤੇ ਲੁੱਟਣ ਤੇ ਲੁੱਟਣਾ ਮਹਾਰਾਜ ਤੋਂ ਹੁਣ ਕਹਿੰਦਾ ਕਹਿੰਦਾ ਸਮਾਂ ਹੱਥੋਂ ਨਿਕਲ ਗਿਆ ਕੋਈ ਕੁਛ ਲੈਣ ਆਇਆ ਕੋਈ ਕੁਛ ਲੈਣ ਆਇਆ ਕਿਸੇ ਮਹਾਰਾਣੀ ਨੂੰ ਕਿਸੇ ਕਿਸੇ ਚੀਜ਼ ਦੀ ਥੋੜ ਹੈ ਕਿਸੇ ਕਿਸੇ ਚੀਜ਼ ਦੀ ਥੋੜ ਹੈ ਤੇਰੇ ਦਰਬਾਰ ਕੇ ਮੰਗਣ ਲਈ ਬੈਠੇ ਆ ਮਾਂ ਸਾਰੇ ਨੂੰ ਜਾਣਦੀ ਹੈ ਕਿ ਕੋਈ ਕੀ ਕਰਨਾ ਹੈ ਕਹੋ ਪ੍ਰੇਮ ਸੇ ਆਇਆ ਮਾਤਾ Yeah.
ऊंची आवाज में फुल्ला ते गा रहे ने भवरे तेरा तराना सब नु सुना रहे ने तेरी महक दा तो लाली जी भगवती माता के चरणा च मेहर वाले जिसते प्यार हो गए जिंदगी के उसकी कमाल हो गई बड़े प्रेम नाल माई के चरणा च प्यारी प्यारी वंदना कहेंगे बहुत ही सुंदर भाव मिलके भगवत चरणा च साडे लाल जी मां दे नाम दे विच बड़े प्रेम नाल मिलके सारी संगत मेरा दे चरणा च निद्रा घेरा पाती पई पाना ही पाना घेरा चंगे कामा च जाओगे नींदा घेरा पाने पाने कहो प्रेम से जय माता दी आवाज नहीं निकलती प्रेम से बोलो जय माता दी आवाज नहीं आती जय माता दी सारा भवन सजा के बैठे हुए हैं सुनने वास्ते बैठे हुए हैं गाने वास्ते बैठे हुए हैं कहो प्रेम से जय माता दी मेरा वाली जिस पे ब्याह हो गई अष्टमी का दिन है जिंदगी ते उसकी कमाल हो गई खुशी का हुलारा माता हवा वांगू हो गया ते भर गई झोली कदों पता भी ना लगिया कदों माता ने आके बरकतां पा दनियां रहमतां लुटा दनियां सजदे विच बैठो माता दे दरबार दे सोहणे सिंगार नूं देखो ਕਬਰ ਲਾਲ ਜੀ ਕਿਸ ਤਰ੍ਹਾਂ ਪਿਆਰ ਦੇ ਨਾਲ ਕਹਿੰਦੇ ਜਿਵੇਂ ਛੋਸ ਨਾਲ ਖਿੜ ਕੇ ਉਮੰਗ ਰੰਗ ਤਰੰਗ ਦੇ ਨਾਲ ਮਾਤਾ ਦੇ ਚਰਨਾਂ ਚ ਆਓ ਮਿਲ ਕੇ ਭਗਵਤ ਦੀ ਉਸ ਤਰ੍ਹਾਂ ਪਿਆਰ ਦੇ ਨਾਲ ਮਿਲ ਕੇ ਜਿਸ ਦੇ ਨਾਲ ਹੋ ਗਈ ਜਿੰਦਗੀ ਦਾ ਉਹ ਦੀ
जयकारा श्री रामानी अमर जी कहते रंग बरसे दरबार मैया जी तेरे रंग बरसे और उस तो बाद पवन जी मां की अष्टमी के दिन भगवत के चरण च बधाइया वाली भेंट करेंगे अष्टमी मैया जी की आ गई है मां नूं दवो बधाइया आओ मिलके रौनका वाली भेटा ने ताली बजा के जोश नाल उमंग नाल गाओ तो अमर जी भगवत जी माता के चरण बड़े प्यार मिल के प्यारे बोल रहे
Thank you.
ਬੋਲੀਆਂ ਦੀ ਵੀ ਨਹੀਂ ਆਏਗੀ ਔਰ ਲੋ ਵੀ ਲੱਗੇਗੀ ਔਰ ਲੈ ਵੀ ਲੱਗੇਗੀ ਕਿ ਮਾਂ ਨੂੰ ਵਧਾਈਆਂ ਦੇਣੀਆਂ ਖੁਸ਼ ਹੋ ਕੇ ਜਿਹਨਾਂ ਨੇ ਸਾਡਾ ਬੇੜਾ ਪਾਰ ਕੀਤਾ ਮੇਰੇ
सारी उम्र जो छुड़ नहीं सकती, ऐसी महक खड़ा गई ये मानो दो बधाइयां। कुछ चीजें ऐसी आंदियां ने जिहड़ियां सारी उम्र नाल जुड़ जांदियां ने। कहो प्रेम से जय माता दी, प्रेम से बोलो जय माता दी, प्यार नाल कहो जय माता दी। आओ हुण सुरिंदर जी अष्टमी दे उत्ते जिहड़ा लिखिया गया प्यार दे नाल बोलण वाला प्रसंग है, श्री चमन लाल जी जूसर का लिखा हुआ मां भगवत के पावन गाने हैं। उस तो बाद मिल के होर भी हरिया बड़िया भेटा ऐसी गाड़िया है, प्यार के जय जयकार करते जाओ और झोंका भी लेंदे जाओ माड़िया माड़िया के, जय जयकार की माता का नाम लेंदे जाओ। चाह के बैठो माता के चरण मां के दरबार के सुंदर जी प्रसंग कह रहे हैं। प्रेरणा मिल के भगवत के चरण सारी संगत प्यार छो
लाया गिरता संभलता बहता वो था घर में आया था अष्टमी का रोज कहो जय माता दी रिंग से बोल दो जय माता दी अष्टमी का रोज घर में जोत जगी थी छोटी छोटी कंजकों की भीड़ लगी थी कहने लगा ये आपने क्या ढोंग रचाया सूरज की रोशनी में है ये दीप जलाया कोई खेल तमाशा है ये जो भीड़ लगाई तो घर में इतनी लड़कियों की फौज बुलाई पकड़ी की उसकी बोली मेरे प्राण प्यारे ये दुर्गा अष्टमी है याद कर उच्चा बोलना बोलिए दादी तो डरिए चली ये नीवा देख के पर बोले तरीके उच्चा सुच्चा द्वार है झूठ ना पावे दिल साफ जिन्हां दे दिल साफ होंगे जिन्हां दे उन्हां नूं चरनी लागा मेरी दादी मूर्त प्यार दी हंकार नूं खावे मैं बकरे नूं मारती मैं तो डरिए कहो जय माता दी प्रेम से बोलो जय माता दी इन्ने एक आक्रोश दे विच सी इन्ने एक जोश दे विच सी ये कह के खुद ही जोत को बुझाने चल पड़ा शक्ति को अपनी शक्ति को दिखाने चल पड़ा किस्मा के भाव है बड़े प्यार मगन के लोग Thank you.
ਉੱਥੇ ਜੈ ਮਾਤਾ ਦੀ ਪਤੀ ਉਹਦੀ ਪੁਕਾਰ ਕਰਦੀ ਹੈ ਕਿ ਮਾਂ ਜਿਹਨੂੰ ਜਿਹਨੂੰ ਜਿਹੜਾ ਦੁੱਖ ਹੈ ਸਭ ਦੇ ਦੁੱਖਾਂ ਦਾ ਨਾਸ ਕਰੋ ਮਈਆ ਮੇਰੀ ਕੌਣ ਕੱਟੇ ਦੁੱਖ ਮੇਰਾ ਬੜੇ ਹੀ ਤੇਰੇ ਨਾਲ ਗਾਓ ਮਾਤਾ ਰਾਣੀ ਸਭ ਦੇ ਸੰਕਟਾਂ ਦਾ ਨਾਸ ਕਰੇ ਸਭ ਨੂੰ ਤੰਦਰੁਸਤੀ ਬਖਸ਼ੇ ਸਭ ਦੇ ਚਿਹਰੇ ਤੇ ਮੁਸਕਾਨ ਲਾਵੇ ਸਭ ਦੇ ਚਿਹਰੇ ਤੇ ਲਾਡੀ ਚੜਾ ਦੇ ਬੜੇ ਪ੍ਰੇਮ ਨਾਲ ਮਿਲਦੇ
Thank you.
Thank you.
ਜਿਹਨੂੰ ਮੇਰਾ ਤੇਰਾ ਕਰ ਜਾਈਏ, ਫਿਰ ਮਾਲਕਾਂ ਦੇ ਚਰਨਾਂ 'ਚ ਪ੍ਰਾਰਥਨਾ ਕਰਕੇ ਭੋਗ ਪਾਵਾਂਗੇ। ਕੱਲ੍ਹ ਦਾ ਟਾਈਮ ਜਿਹੜਾ ਹੈ ਤੁਹਾਨੂੰ ਇੱਕ ਵਾਰੀ ਕਹਿੰਦਾ ਕਿ 3 ਵਜੇ ਦਾ ਟਾਈਮ ਹੈ, ਇਹ ਸੂਈ ਜਦੋਂ 3 ਵਜੇ ਆਏਗੀ ਉਦੋਂ ਅਸੀਂ ਭੋਗ ਪਾਵਾਂਗੇ। ਦੇਖ ਲਓ ਭਾਵੇਂ ਘੜੀ ਨੂੰ ਕਹੋ ਪ੍ਰੇਮ ਸੇ ਜੈ ਮਾਤਾ ਦੀ, ਅੱਧਾ ਘੰਟਾ ਲਈ ਹੋਰ ਪਿਆ ਹੈ ਜੀ, ਕਹੋ ਪ੍ਰੇਮ ਸੇ ਜੈ ਮਾਤਾ ਦੀ, ਪ੍ਰੇਮ ਸੇ ਬੋਲੋ ਜੋਰ ਦੀ ਬੋਲੋ। ਸਵਾਰ ਬੈਠੀ ਦੁਰਗਾ ਦੀ ਮੂਰਤੀ ਨਜ਼ਰ ਆ ਜਾਵੇ, ਗਰੁੜ ਦੇ ਆਸਣ ਤੇ ਵਿਸ਼ਨੂੰ ਭਗਵਾਨ ਨਜ਼ਰ ਆ ਜਾਣ, ਤੇ ਬੈਠਦੇ ਵੱਡੇ ਭੋਲੇ ਬਾਬਾ ਡਮਰੂ ਜਾਂਦੇ ਮਿਲ ਜਾਣ, ਤੇ ਸਮਝੋ ਤੁਹਾਡਾ ਸਾਰਾ ਦਿਨ ਹੀ ਵਧੀਆ ਨਿਕਲ ਜਾਏਗਾ। ਕਹੋ ਪ੍ਰੇਮ ਸੇ ਜੈ ਮਾਤਾ। ਆਓ ਭਗਵਤ ਦੇ ਚਰਨਾਂ ਚ ਦੋ ਪ੍ਰਾਰਥਨਾ ਛੋਟੀ ਛੋਟੀ ਬੜੇ ਹੀ ਛੋਟੇ ਵਿਆਹ ਚ ਸਮੇਟਾਂਗੇ। ਇਹਨੂੰ ਚਿੰਤਾ ਨੀ ਲਾਣੀ, ਘਬਰਾਉਣਾ ਨਹੀਂ ਹੈ, ਮੰਜ਼ਿਲ ਹੁਣ ਸਾਡੇ ਕੋਲ ਹੈ, ਤੇ ਤੂੰ ਪਿਆਰ ਦੇ ਨਾਲ ਪਹੁੰਚ ਲਵੋ ਤੇ ਮਾਤਾ ਦੀ ਜੈ ਜੈਕਾਰ ਕਰੋ। ਪ੍ਰੇਮ ਦੇ ਨਾਲ ਮਿਲ ਕੇ ਭਗਵਤ ਦੇ ਚਰਨਾਂ ਪਿਆਰਾ ਬੋਲ, ਸਾਰੀ ਸੰਗਤ ਦੇ ਪਿਆਰ ਨਾਲ ਮਾਤਾ ਸ਼ੁਕਰਾਨਾ ਗਾਣਾ। ਸਤਿ ਸ਼੍ਰੀ ਅਕਾਲ।
जयकारा प्रभु जी मर्दाना ओ ताजे दरबार की जय। आओ मसीह जी दा महत्व पढ़ के फिर कोम पाएगा प्रसाद लेके जाना है और कल बाचो दसने अली 15 मिनट के फिर दसने दा हुंदे हैं केड़ा नाल नेम दे अष्टभुजी दी शुभ अष्टमी आई अष्टभुजी दी अष्टमी दे दिन मानू नवो वधाई सांझ सवेरे धरती रे के देवा रोज बुहारी तेरी सेवा करदे करदे उमर गुजारा सारी ਤੁਹਾਨੂੰ ਯਾਦ ਇਸ ਕਰਕੇ ਲਿਖ ਦਿੱਤਾ ਹੈ ਸਾਂਝ ਸਵੇਰੇ ਧਰਤੇ ਰਹਿੰਦੇ ਦੇਵਾਂ ਰੋਜ ਬੁਹਾਰੀ ਤੇਰੀ ਸੇਵਾ ਕਰਦੇ ਕਰਦੇ ਉਮਰ ਗੁਜ਼ਾਰਾਂ ਸਾਰੀ ਮਹਿਕ ਦੀਆਂ ਸਭ ਭੁੱਲਾਂ ਬਖਸ਼ੋ ਆਪ ਹੀ ਬਖਸ਼ਣਹਾਰ ਜੈਸੀ ਲਗਨ ਹੋ ਜਿਸ ਦੀ ਵੈਸਾ ਫਲ ਦੇਗੀ ਸਰਕਾਰ ਮਾਤਾ ਦਾ ਸਜਿਆ ਹੈ ਦਰਬਾਰ ਗਾਣਗੇ ਸੁਰਿੰਦਰ ਕੁਮਾਰ ਤੇ ਜੈ ਜਾ ਅੱਜ ਆ ਗਏ ਤੇ ਫਿਰ ਐਤਵਾਰ ਕਹੋ ਪ੍ਰਿੰਸ ਜੈ ਮਾਤਾ ਦੀ ਐਤਵਾਰੀ ਗੱਡੀ ਚੱਲੀ ਸੀ ਐਤਵਾਰੀ ਅੱਜ ਮਾਤਾ ਦਾ ਸਮਾਹ ਅੱਜ ਮਾਤਾ ਜੀ ਦਾ ਪ੍ਰਣਾਮ ਨੌਮੀ ਦੇ ਦਿਨ ਨੂੰ ਮੁਬਾਰਕ ਕਰਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਟਾਈਮ ਤੁਹਾਨੂੰ ਦੱਸਣੇ ਆ ਆਪੇ ਘੜੀ ਦੇ ਟਾਈਮ ਦੱਸ ਦੇਣਾ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਜਦੋਂ 3 ਵਜੇ ਤੱਕ ਲੈਣਾ ਉਹੀ ਟਾਈਮ ਕੱਲ੍ਹ ਹੈਗਾ ਜੇ ਮਾਤਾ ਦੇ ਭੰਡਾਰੇ ਦਾ ਹਾਂਜੀ ਇਹ ਘੜੀ ਅੱਗੇ ਇੱਕ ਵਜੇ 3:15 ਜਾਂਦੇ ਚਿੰਤਾ ਨਾ ਲਾਓ ਪ੍ਰੇਮ ਸੇ ਬੋਲੋ ਜੈ ਮਾਤਾ ਦੀ ਪਰ ਅਸੀਂ ਪਤਾ ਤਾਂ ਗੱਲ ਹੈ ਕਿ ਅਸੀਂ ਸਾਰੇ ਨਰਾਤੇ ਸਿੱਖ ਦੇ ਮੁਤਾਬਕ ਚੱਲਦੇ ਹਾਂ ਕੋਈ ਗੱਲ ਨੀ ਹੌਸਲਾ ਦੇ ਰਹੀ ਹੈ ਕੋਈ ਗੱਲ ਆਓ ਅਸ਼ਟਮੀ ਦਾ ਭਜਨ ਕਰੀਏ
ਖਰਾ ਸਾਹਿਬ ਕਿੰਨਾ ਕਿੰਨਾ ਸ਼ੁਕਰੀਆ ਕਰਦਾ ਹਾਂ। ਭਗਵਤੀ ਦਾ ਸ਼ੁਕਰਾਨਾ ਕੀਤਾ ਹੈ, ਤੇਰੇ ਮਾਲਕਾਂ ਦਾ ਸ਼ੁਕਰਾਨਾ ਕੀਤਾ, ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਹੁਣ ਸਾਡੇ ਲਾਲੀ ਜੀ, ਅਮਰ ਜੀ, ਸਾਡੇ ਸੁਰਿੰਦਰ ਜੀ, ਪਵਨ ਨਈਅਰ ਜੀ, ਵਿਨੋਦ ਨਈਅਰ ਜੀ, ਵਿਜੇ ਨਈਅਰ ਜੀ, ਮੁਕੇਸ਼ ਜੀ, ਇੱਧਰ ਸੌਰਵ, ਇੱਧਰ ਹਿਮਾਂਸ਼ੂ ਬੈਠਾ, ਇੱਧਰ ਆਪਣਾ ਚੇਤਨ ਹੈ, ਵਰਦਾਨ ਹੈ, ਸਾਊਂਡ ਤੇ ਸਾਡੇ ਯੋਗੇਸ਼ ਜੀ ਨੇ ਬੜੀ ਮਿਹਨਤ ਕੀਤੀ ਹੈ, ਸੱਜ ਦਿਨ ਆ ਕੇ ਜੈ ਜੈਕਾਰ ਕਰਾਈ ਹੈ, ਕਹੋ ਪ੍ਰੇਮ ਸੇ ਜੈ ਮਾਤਾ ਦੀ, ਸ਼ੁਕਰਾਨਾ ਆਉਂਦਾ ਸੱਚੇ ਉਹਦੀ ਬੋਲੋ ਜੈ ਮਾਤਾ ਦੀ, ਪ੍ਰੇਮ ਸੇ ਬੋਲੋ ਜੈ ਮਾਤਾ ਦੀ। ਔਰ ਤਾਲਵਾਦੇ ਦੇ ਵਿੱਚ ਸਾਡੇ ਕੇਸ਼ਵ ਜੀ ਔਰ ਮਨੂ ਔਰ ਤਬਲਾ ਵਾਦਨ ਤੇ ਦੀਪਕ ਜੋਗੀ ਜੀ ਨੇ ਔਰ ਆਰਗਨ ਤੇ ਗੌਰਵ ਭਾਜੀ ਨੇ ਬੜੇ ਪ੍ਰੇਮ ਦੇ ਨਾਲ ਸਾਥ ਦਿੱਤਾ ਹੈ ਮਹਾਰਾਣੀ ਦੇ ਚਰਨਾਂ 'ਚ। ਇਹ ਮੇਰੇ ਪਰ ਨੇ, ਇਹਨਾਂ ਨਾਲ ਮੈਂ ਉੱਠਦਾ ਫਿਰਦਾ, ਕਹੋ ਪ੍ਰੇਮ ਸੇ ਜੈ ਮਾਤਾ। ਇਹਨਾਂ ਨਾਲ ਉਡਾਰੀਆਂ ਵੱਜਦੀਆਂ ਨੇ ਤੇ ਇਹਨਾਂ ਨਾਲ ਹੀ ਸੁਰ ਕਲਾਮ ਦੇ ਨਾਲ ਜੋ ਵੀ ਹੈ ਸੁੱਖਾ ਸੁੱਕਾ ਮਾਤਾ ਦੇ ਚਰਨਾਂ ਕਰ ਦਿੰਦੇ। ਔਰ ਹੁਣ ਸ਼ੁਕਰਾਨਾ ਕਰਨਾ ਹੈ ਚਬੀਲ ਦੇ ਸਾਡੇ ਕਵੀ ਕਵਿਤ ਰਾਜਜੋਤ ਸਿੰਘ, ਲਾਲ ਕਿਤਾਬ ਦੇ ਮਾਹਰ ਸਾਡੇ ਨਰੇਸ਼ ਜੀ, ਨਰੇਸ਼ ਪੁਰੀ ਸਾਹਿਬ ਔਰ ਉਹਨਾਂ ਦੇ ਨਾਲ ਹੋਰ ਸੋਨੂ ਬਾਜੀ, ਉਹਨਾਂ ਨੇ ਜਿਹੜੀ ਜਲ ਦੀ ਸੇਵਾ ਕੀਤੀ ਹੈ, ਸਾਰੇ ਭਗਤਾਂ ਸੰਤਾਂ ਨੂੰ ਜਲ ਦੀ ਸੇਵਾ ਕਰਕੇ ਨਿਹਾਲ ਕੀਤਾ ਹੈ, ਉਹਨਾਂ ਦਾ ਵੀ ਮੈਂ ਮੇਰੇ ਵੱਲੋਂ, ਮਾਲਕਾਂ ਵੱਲੋਂ, ਸਭ ਵੱਲੋਂ ਸ਼ੁਕਰਾਨਾ ਕਰਦਾ ਹਾਂ। ਔਰ ਸਾਡੇ ਸੁਨੀਲ ਜੀ ਔਰ ਕੀ ਨਾਮ ਹੈ ਦੀ ਮੌਤ ਇਹ ਵੀ ਕਰ ਲਓ ਜੈ ਜੈਕਾਰ ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਔਰ ਜਿਹੜੇ ਪੁਲਿਸ ਵਾਲਿਆਂ ਨੇ ਵੀ ਕੋਈ ਸੇਵਾ ਕੀਤੀ ਹੈ ਬਾਹਰ ਆ ਕੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਸਭ ਤੋਂ ਜ਼ਿਆਦਾ ਧੰਨਵਾਦ ਉਸ ਸੰਗਤ ਦਾ ਜਿਹਨਾਂ ਨੇ 8 ਦਿਨ ਆ ਕੇ ਮਾਤਾ ਦੇ ਹਾਜ਼ਰੀਆਂ ਭਰੀਆਂ ਨੇ, ਮਾਤਾ ਦਾ ਨਾਮ ਲਿੱਤਾ ਹੈ ਔਰ ਮਾਂ ਦੇ ਵਿੱਚ ਆ ਕੇ, ਮਾਂ ਦੇ ਦਰਬਾਰ ਦੇ ਵਿੱਚ ਆ ਕੇ ਮਾਂ ਦੇ ਦੀਵਾਨ ਨੂੰ ਸਜਾਇਆ ਹੈ, ਉਹਨਾਂ ਦਾ ਵੀ ਸਭ ਤੋਂ ਜ਼ਿਆਦਾ ਧੰਨਵਾਦ ਕੀਤਾ ਜਾਂਦਾ ਹੈ। ਤੋ ਹੁਣ ਮਾਤਾ ਦੇ ਚਰਨਾਂ ਵਿੱਚ ਆਓ, ਹੁਣ ਭੋਗ ਪਾਈਏ ਤੇ ਕਲਿਆਣ ਕਰੀਏ। ਦੇਖੋ ਜੀ, ਅਸਲੀ ਆਪਣਾ ਜਿਹੜਾ ਸ਼ੁਕਰਾਨਾ ਅਸੀਂ ਸਾਰਿਆਂ ਦੇ ਮਹਾਰਾਣੀ ਦਾ ਤੇ ਕਰ ਚੁੱਕੇ ਹਾਂ, ਮਾਲਕਾਂ ਦਾ ਵੀ ਕਰ ਲਿਆ ਤੇ ਇਸ ਸਭਾ ਦੀ ਰੌਣਕ ਜਿਹਨਾਂ ਨੇ 8 ਦਿਨ ਲਾਈ ਹੈ, ਆਪਣੇ ਅੱਛੀਆਂ ਅੱਛੀਆਂ ਗੱਲਾਂ ਸਾਨੂੰ ਸੁਣਾਈਆਂ, ਸਾਨੂੰ ਜੋੜਿਆ, ਮਤਲਬ ਮਹਾਰਾਣੀ ਦੇ ਨਾਲ ਇਸ ਤਰੀਕੇ ਨਾਲ ਵੀ ਮੈਨੂੰ ਵੈਸੇ ਬਹੁਤੀ ਗੱਲਾਂ ਦੇਖੋ ਸੱਜੀ ਮੁੱਜੀ ਨਹੀਂ ਆਉਂਦੀਆਂ ਕਵੀਆਂ ਦਾ ਸਿਰ ਵੀ ਜ਼ਿਆਦਾ ਬੋਲਦਾ ਨਹੀਂ, ਲੇਕਿਨ ਫਿਰ ਵੀ ਮੈਂ ਨੈਕਸਟ ਸੈਲ 'ਚ ਮੁੱਕਦੀ ਗੱਲ ਇਹੋ ਕਰਨ ਲੱਗ ਪਿਆ। ਮਹਿਕ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਅਤੇ ਮਹਾਰਾਣੀਆਂ ਦੇ ਚੜ੍ਹਦੀ ਕਲਾ ਰੱਖੇ, ਇਸ ਤਰ੍ਹਾਂ ਹੀ ਸਾਨੂੰ ਹਰ ਸਾਲ ਹਰ 6 ਮਹੀਨਿਆਂ ਬਾਅਦ ਆਰਾਮ ਦਿੰਦੇ ਰਹਿਣ, ਅਸੀਂ ਮੌਜਾਂ ਲੈਂਦੇ ਰਹੀਏ ਮਹਾਰਾਣੀ ਨਾਮ ਦੀਆਂ। ਅਤੇ ਬਸ ਜੀ, ਮੈਂ ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ ਗੱਲ ਕਰ ਰਿਹਾ।
Thank you.
चोलियां भरे जयकारा शेरा वाली दा।